ਬਰਨਾਲਾ ਤੋਂ ਅਕਾਲੀ ਦਲ ਦੀ ਚੋਣ ਲੜ ਰਹੇ ਕੁਲਵੰਤ ਸਿੰਘ ਕੰਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ। ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਤਿੱਖੇ ਤੰਜ ਕੱਸਦੇ ਹੋਏ ਕਈ ਪਾਰਟੀਆਂ ਦੀਆਂ ਨਿਗੂਣੀਆਂ ਨੂੰ ਵੀ ਦਰਸਾਇਆ ਗਿਆ। ਉਹਨਾਂ ਨੇ ਦੱਸਿਆ ਕਿ ਕਾਂਗਰਸ ਵੱਲੋਂ ਲਗਾਤਾਰ ਗੁਟਕਾ ਸਾਹਿਬ ਦੀਆਂ ਝੂਠੀਆਂ ਸੋਹਾਂ ਅਤੇ ਉਸ ਤੋਂ ਬਾਅਦ ਮਦਾਰੀ ਦਾ ਡਰਾਮਾ ਦਿਖਾਉਣ ਲਈ ਜੋ ਚਰਨਜੀਤ ਸਿੰਘ ਚੰਨੀ ਨੂੰ ਪੇਸ਼ ਕੀਤਾ ਗਿਆ, ਇਹ ਸਭ ਕਠਪੁਤਲੀਆਂ ਹਨ, ਇਹ ਸਭ ਡਰਾਮਾ ਹੈ। ਅਤੇ ਕੇਜਰੀਵਾਲ ਦੇ ਉਹਨਾਂ ਨੇ ਤਿੱਖੇ ਵਿਅੰਗ ਕਰਦੇ ਹੋਏ ਕਿਹਾ ਕਿ ਅਗਰ ਇਹ ਪੰਜਾਬ ਦੇ ਇਹਨਾਂ ਨੂੰ ਹੱਕ ਵਿੱਚ ਹਨ ਤਾਂ ਹੁਣ ਰਿਹਾਈ ਅਤੇ ਇਹਨਾਂ ਨੂੰ ਇਤਰਾਜ਼ ਕਿਉਂ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਇਸ ਮੌਕੇ ਹੋਰ ਵੀ ਕਈ ਵੱਡੇ ਐਲਾਨ ਕੀਤੇ। ਬਰਨਾਲਾ ਤੋਂ ਮਨਿੰਦਰ ਸਿੰਘ ਦੀ ਪ੍ਰਾਈਮ 18 ਨਿਊਜ਼ ਲਈ ਵਿਸ਼ੇਸ਼ ਰਿਪੋਰਟ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਧੰਨਵਾਦ ਜੀ। ਤੁਸੀਂ ਆਪਣੀ ਕਿਸਮਤ ਦਾ ਫੈਸਲਾ ਕਰਨਾ ਹੈ। ਜੇ ਸਹੀ ਫੈਸਲਾ ਕਰੋਗੇ 5 ਸਾਲ ਚੰਗੇ ਟੱਪ ਜਾਣਗੇ। ਜੇ ਗਲਤ ਫੈਸਲਾ ਕਰ ਲਿਆ ਫਿਰ ਜਿਵੇਂ ਪਿਛਲੇ 5 ਸਾਲ ਟੱਪੇ ਸਾਰੇ ਬਰਬਾਦ ਹੋ ਜਾਣਗੇ। ਐਡੀ ਬੜੀਆਂ ਪਾਰਟੀਆਂ ਵੱਲੋਂ ਚ ਪਰ ਆਪਾਂ ਨੂੰ ਦੇਖਣ ਦੀ ਲੋੜ ਹੈ ਕਿਹੜੀ ਆਪਣੀ ਆਵਾਜ਼ ਉਠਾਉਂਦੀ ਹੈ। ਜਿੰਨੀਆਂ ਪਾਰਟੀਆਂ ਸਾਰੀਆਂ ਪੰਜਾਬ ਦੀ, ਪੰਜਾਬੀਆਂ ਦੀ, ਗਰੀਬ ਦੀ, ਕਦੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ PSP ਗੱਠਜੋੜ। ਦੂਜੇ ਸਾਰੇ ਪਾਰਟੀ ਹੈ ਉਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ, ਲਗਾ ਨਹੀਂ। ਅੱਜ ਦਾ ਕੇਜਰੀਵਾਲ ਦਿੱਲੀ ਜਾ ਕੇ ਸੁਪਰੀਮ ਕੋਰਟ ਕਿਹਾ ਕਿ ਪੰਜਾਬ ਦੀ ਨਹਿਰ ਰਸਵਾ ਹੈ, ਨਹਿਰ ਕੱਢੋ, ਪੰਜਾਬ ਤੋਂ ਪਾਣੀ ਛੱਡ ਦਿਓ। ਹੁਣ ਇਹ ਸੁਪਰੀਮ ਕੋਰਟ ਕਹਿ ਦਿੰਦਾ ਕਿ ਪੰਜਾਬ ਦੇ ਥਰਮਲ ਪਾਵਰ ਬੰਦ ਕਰਾਓ। ਸਾਨੂੰ ਇੱਥੇ ਤੂਫਾਨ ਹੈ। ਹੁਣ ਇਹ ਕਿਹਾ ਦਿੰਦਾ ਇੱਕ ਸਾਲ 40 ਸਾਲ ਤਿਆਰ ਕਰਾਉਂਦੇ ਹੈ ਉਹਨਾਂ ਦੇ ਕਬਜ਼ੇ ਦਿਓ। ਪੰਜਾਬੀਆਂ ਪ੍ਰਤੀ ਉਹਦਾ ਕੋਈ ਲਗਾਅ ਨਹੀਂ। ਹੁਣ ਭੁੱਲਰ ਸਾਹਿਬ ਦੀ ਰਿਹਾਈ ਦੀ ਗੱਲ ਚੱਲੀ, ਸਾਰੇ ਕਿਹਾ ਅਫਸਰਾਂ ਨੇ ਕਿਉਂਕਿ ਇਹਨਾਂ ਨੇ ਸਜ਼ਾ ਪੂਰੀ ਕਰ ਲਈ, ਇਹਨਾਂ ਨੂੰ ਫਿਰ ਛੱਡ ਦਿੱਤਾ ਜਾਏ। ਪਰ ਕੇਜਰੀਵਾਲ ਨੇ ਨਹੀਂ ਛੱਡਿਆ, ਕਹਿੰਦਾ ਰਿਜੈਕਟ ਕਰ ਦਿੱਤਾ। ਆ ਬੰਦਾ ਇਹਦਾ ਕਹਿੰਦਾ ਕੁਛ ਹੈ, ਕਰਦਾ ਕੁਛ ਹੈ। ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਆ ਕੀ ਕਹਿੰਦਾ ਸੀ? ਆ ਕਹਿੰਦਾ ਸੀ ਕਿ ਮੈਂ ਕੋਈ ਫਟਕਾ ਨਹੀਂ ਲਊਂਗਾ। ਜਦੋਂ ਇਹਨਾਂ ਦੀ ਸਰਕਾਰ ਬਣੀ ਤੇ ਮੇਰੇ ਨੇ ਦਿੱਤਾ 25,000 ਵਧਾ ਕੇ 2,00,000 ਰੁਪਏ ਮਹੀਨਾ ਲਾਇਆ ਸੀ। ਫਿਰ ਆ ਇਹਨਾਂ ਵਿਆਹ ਕਰਨਾ ਸੀ ਅਸੀਂ ਆਮ ਆਦਮੀ, ਅਸੀਂ ਟਿਕਟਾਂ ਦੇਵਾਂਗੇ। ਜਿਹੜਾ ਕੋਈ ਰੇਹੜੀ ਵਾਲਾ ਹੈ, ਕੋਈ ਛੋਟਾ ਦੁਕਾਨਦਾਰ ਹੈ, ਕੋਈ ਡਾਕਟਰ ਹੈ, ਪਰ ਟਿਕਟਾਂ ਦਿੱਤੀਆਂ, ਪੈਸੇ ਦੇ ਕੇ 60 ਟਿਕਟਾਂ ਇਹਨਾਂ ਨੇ ਉਹ ਜੇ ਲੋਕਾਂ ਨੂੰ ਦਿੱਤੀਆਂ ਜਿਹੜੀਆਂ ਅੱਜ ਅਕਾਲੀ ਦਲ ਦੇ ਕੱਢੇ ਹੈ, ਪਰਸੋਂ ਨੂੰ ਆਮ ਆਦਮੀ ਟਿਕਟੇ ਨਹੀਂ ਕਾਂਗਰਸ ਦੇ ਕੱਢੇ ਹੈ। ਉਹਨਾਂ ਨੇ ਦੇ ਦੀ ਲੁਧਿਆਣਾ ਸ਼ਹਿਰ ਵਿੱਚ ਜਿਹਨਾਂ ਨੂੰ ਟਿਕਟਾਂ 6 ਬੰਦੇ ਜਿਹੜੇ ਦਿੱਤੇ ਹੈ
ਸਾਰੇ ਕਿਸੇ ਨੇ 5 ਕਦਮ ਕੀਤੇ ਕਿਸੇ ਨੇ 2 ਕੀਤੇ ਹੈ ਕਿਸੇ ਦੇ ਲੁੱਟ ਖੋਦਤ ਪਰਚਾ ਆ ਕੋਈ ਸਰਕਾਰ ਚ ਵਾਸਤੇ ਉਹਨਾਂ ਦਾ ਨਿਸ਼ਾਨਾ ਆਮ ਆਦਮੀ ਦਾ ਕਾਂਗਰਸ ਦਾ ਬੀਜੇਪੀ ਦਾ ਸਾਰੇ ਦਾ ਹੈ ਕਿ ਪੰਜਾਬ ਕਬਜ਼ਾ ਕਰੋ ਜੇ ਤੁਹਾਡਾ ਇੱਥੇ ਉਹਨਾਂ ਨੇ ਕਬਜ਼ਾ ਕਰ ਲਿਆ ਪੰਜਾਬ ਦੀ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਹੋਊਗਾ ਜੇ ਪੰਜ ਪੰਜਾਬ ਦੀ ਆਵਾਜ਼ ਕਿਤੇ ਨੇ ਠਾਈ ਹੈ ਲੜਾਈ ਲੜੀ ਹੈ ਕੱਲੀ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਹੈ 100 ਸਾਲ ਪੁਰਾਣੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਸਾਡੀ ਕੋਈ ਨਿਗਾਹ ਕਿਤੇ ਹੋਰ ਨਹੀਂ ਜੇ ਕੇਜਰੀਵਾਲ ਦੀ ਸਰਕਾਰ ਇੱਥੇ ਦੀ ਮਰਜ਼ੀ ਉਹਨੇ ਦੁਕਾਨ ਬੰਦ ਕਰਕੇ ਨਾਲ ਦੇ ਸੂਬੇ ਚਲੇ ਜਾਣਾ ਜੇ ਉੱਥੇ ਨਾ ਗੱਲ ਬਣੀ ਉਹਦੇ ਅੱਗੇ ਚਲੇ ਜਾਣਾ ਅਸੀਂ ਤਾਂ ਰਹਿਣਾ ਇੱਥੇ ਤਾਂ ਤੁਸੀਂ ਦੇਖਿਆ ਹੋਣਾ ਜੋ ਜੋ ਕੰਮ ਜਾਣਾ ਹੋਏ ਆ ਉਦੋਂ ਹੀ ਹੋਏ ਆ ਜਦੋਂ ਅਕਾਲੀ ਦਲ ਦੀ ਸਰਕਾਰ ਹੈ ਕਿਉਂਕਿ ਸਾਡਾ ਇੱਕ ਇੱਕ ਖੂਨ ਦਾ ਕਰਤਾ ਪੰਜਾਬ ਵਾਸਤੇ ਬੋਲੇ ਸੋਨਹਾਰ ਜੇ ਗਰੀਬ ਨੂੰ ਆਟਾ ਦਾਲ ਮਿਲਣਾ ਸ਼ੁਰੂ ਹੋਇਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਜੇ ਗਰੀਬ ਦੀ ਲੜਕੀ ਨੂੰ ਸ਼ਗਨ ਮਿਲਣ ਲੱਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਜੇ ਪੈਨਸ਼ਨ ਬਜ਼ੁਰਗਾਂ ਨੂੰ ਮਿਲਣ ਲੱਗੀ ਫਾਰੂਕ ਸਾਹਿਬ ਨੇ ਦਿੱਤੀ ਜੇ ਤੁਹਾਡੇ 200 ਯੂਨਿਟ ਬਿਜਲੀ ਦੇ ਮਾਫ਼ ਹੋਏ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਜੇ ਮੰਡੀਆਂ ਪੰਜਾਬ 'ਚ ਬਣੀਆਂ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਜੇ ਤੁਹਾਡੀਆਂ ਨਹਿਰਾਂ ਤੇ ਕਸ਼ਮੀਆਂ ਦਿੱਤੀਆਂ ਸਾਰੀਆਂ ਅਕਾਲੀ ਸਰਕਾਰ ਨੇ ਕੀਤੀਆਂ ਤੁਹਾਡੇ ਟੂਬਾਂ ਦੇ ਬਿੱਲ ਮਾਫ਼ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਜੇ ਅੱਜ ਸੜਕਾਂ ਬਣੀਆਂ ਏਅਰਪੋਰਟ ਬਣੇ ਬਿਜਲੀ ਦਾ ਕੰਮ ਕੀਤੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ ਇੱਕ ਵੀ ਨਿਸ਼ਾਨੀ ਕਿਸੇ ਹੋਰ ਦੀ ਨਹੀਂ ਹੈ ਇਸ ਕਰਕੇ ਗੱਲਾਂ ਚਲਾਓ ਅੱਜ ਧਿਆਨ ਲਈ ਬੈਠਿਆ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਹੁਣ ਦਿੱਲੀ ਦਾ ਕੇਜਰੀਵਾਲ ਉਹਨੂੰ ਪਤਾ ਹੈ ਕਿ ਜਦੋਂ ਨਰਮਾ ਕੀਤੀ ਕਿਦੋਂ ਕਣਕ ਕੀਤੀ ਨਾ ਉਹਨੂੰ ਪਤਾ ਹੀ ਨਹੀਂ ਕਹਿੰਦਾ ਦਿੱਲੀ ਦਾ ਮਾਡਲ ਲਾਗੂ ਕਰਾਉਂਗੇ ਜੇ ਦਿੱਲੀ ਦਾ ਮਾਡਲ ਲਾਗੂ ਕਰਾਉਣਾ ਹੈ ਕਿ ਉਹਨਾਂ ਦੇ ਬਿੱਲ ਲੱਗਣਗੇ ਜੇ ਦਿੱਲੀ ਦਾ ਮਾਡਲ ਲੱਗਣਾ ਹੈ 13 ਰੁਪਏ ਬਿਜਲੀ ਦਾ ਯੂਨਿਟ ਹੈ ਇਸ ਕਰਕੇ ਆਪਾਂ ਇਹਨਾਂ ਤੋਂ ਬਚ ਗਏ ਆਪਾਂ ਦੇਖੀਏ ਵਾਰ ਵਾਰ ਆਪਾਂ ਗਲਤੀ ਨਾ ਕਰੀਏ ਉਹਨੇ ਇੱਕ ਹੋਰ ਗੱਲ ਕੀਤੀ ਕਹਿੰਦਾ 15 ਸਾਲ ਇਹਨੂੰ ਦਿੱਤੇ 14 ਸਾਲ ਦਿੱਤੇ ਉਹ ਮੈਨੂੰ 5 ਸਾਲ ਦੇ ਦੇ 5 ਸਾਲ ਬਰਬਾਦ ਹੋਣੇ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਕਰਦੀ ਹੈ ਹੁਣ ਅਸੀਂ ਆਪਣਾ ਆਪਣਾ ਪ੍ਰੋਗਰਾਮ ਲੈ ਆਏ ਕੀ ਕਰਾਂਗੇ ਪਹਿਲੀ ਗੱਲ ਕਿ ਅਸੀਂ ਦੇਖਿਆ ਕਿ ਤੁਹਾਡੇ ਨੀਲੇ ਕਾਰਡ ਕਾਫੀ ਕੱਟੇ ਗਏ ਹੈ ਜਿਹੜੇ ਬਾਦਲ ਸਾਹਿਬ ਨੇ ਬਣਾਏ ਸੀ ਸਾਡੀ ਸਰਕਾਰ ਆਉਣ ਤੇ ਪਹਿਲੇ ਮਹੀਨੇ ਸਾਰੇ ਦੇ ਵਿੱਚੋਂ ਨੀਲੇ ਕਾਰਡ ਬਣਾਏ ਜਾਣਗੇ ਨੀਲੇ ਕਾਰਡ ਬਣ ਜਾਣਗੇ ਉਸ ਤੋਂ ਬਾਅਦ ਦੀ ਜੋ ਕਾਰਡ 2000 ਰੁਪਇਆ ਮਹੀਨਾ ਖੜੀ ਹੋ ਜਾਵੇ ਤੁਹਾਡੇ ਪਿਛਲੀ ਵਾਰ ਅਸੀਂ ਬਿਜਲੀ ਆਪਾਂ ਉਹ ਕੀਤੀ ਸੀ ਐਸੀ ਹਰ ਘਰ ਦੇ ਭਾਵੇਂ ਏਸੀ ਭਾਈਚਾਰਾ ਭਾਵੇਂ ਪੀਸੀ ਭਾਈਚਾਰਾ ਭਾਵੇਂ ਜਨਰਲ ਕੈਟਗਰੀ ਦੇ ਪਹਿਲੇ 400 ਯੂਨਿਟ ਮੁਫ਼ਤ ਹੋਣਗੇ ਹਰ ਮਹੀਨੇ ਦੇ ਉਹਦੇ ਅੱਗੇ ਜੇ ਤੁਹਾਡੇ ਘਰ ਦੇ ਲੱਗ ਜਿਹੜੇ ਆਪਣੇ ਨੌਜਵਾਨ ਪੜ੍ਹਨਾ ਚਾਹੁੰਦੇ ਆ ਉਹਨਾਂ ਵਾਸਤੇ ਸਟੂਡੈਂਟ ਕਾਰਡ 10 ਲੱਖ ਰੁਪਏ ਦਾ ਕੋਈ ਵਿਆਜ ਨਹੀਂ ਕੋਈ ਗਰੰਟੀ ਨਹੀਂ ਭਾਵੇਂ ਹਿੰਦੁਸਤਾਨ ਭਾਵੇਂ ਪੰਜਾਬ ਕਿਸੇ ਮਰਜ਼ੀ ਕੋਲੇ ਚਲੇ ਜਾਓ ਪਹਿਲਾਂ ਕਾਰਡ ਦਿਖਾਣਾ ਹੈ ਤੇ ਤੁਸੀਂ ਐਡਮਿਸ਼ਨ ਹੋ ਜਾਣਗੇ ਇੱਕ ਮੇਰੇ ਵੱਡੀ ਸੋਚ ਹੈ ਇੱਕ ਮੈਂ ਅੱਜ ਪਿੰਡਾਂ ਦੀ ਪੜ੍ਹਾਈ ਕਿਉਂ ਫੇਲ ਹੋ ਗਈ ਕਿਉਂਕਿ 2-2, 4-4 ਕਮਰੇ ਦੇ ਸਕੂਲ ਬਣਾ ਲਏ 2 ਟੀਚਰ ਹੁੰਦੇ ਆ ਇੱਕ ਪੰਜਾਬੀ ਦਾ ਟੀਚਰ ਜਿਹਨੇ ਸਾਇੰਸ ਭਾਸ਼ਾ ਤੱਕ ਨਹੀਂ ਪੜ੍ਹਾ ਸਕਦਾ ਆਹ ਜਿਹੜਾ ਸਿਸਟਮ ਬੰਦ ਕਰਨਾ ਹੈ ਐਂਟੀ ਮੈਂ ਅਗਲੇ 5 ਸਾਲਾਂ ਨੂੰ
12,000 करोड़ रुपए ला के हर 25,000 आबादी के अंदर 5,000 बच्चे का पूरा स्कूल बनाना है। 5,000 बच्चे का वाला स्कूल जिसे 50 बच्चे मगर टीचर ने 100 टीचर होंगे तो उन्होंने घर भी होगी बिच ही असली पढ़ाई करवानी है। अकाली जिन्हें सरकारी स्कूल में पढ़े हुए बच्चे होंगे पंजाब किसे मर्जी कॉलेज एडमिशन ले सकेंगे। कानून लावांगे कितने 30% सीटा सरकारी स्कूल में पढ़े हुए बच्चे मास्टरों को रखनी है पड़ी है वो सारे का खर्चा भी पंजाब सरकार ने अगले 5 साल में गरीब घर का बच्चा डॉक्टर बना के दिखाओगे जो आज तक नहीं बन सकता। बोले पिछली बार असि भाई कन्हैया स्कीम आती जिथे 2 लाख रुपये जितने मर्जी हफ्ता इलाज करा सकते थे पर इन्होंने बंद कर दी।